दश को ब्रेक तो बात और आज स्वागत है जी डार्स अब एंडरवॉल इश्यूड तो पहला ऐसी अपने दर्शक आंदे फेसबुक मैसेज लगाएंगे अच्छा। uh, साड़ी कोल पहला फेसबुक मैसेज आया है uh, राजा रज़ाक चीद है वो लगता है ने war is not an option ਸੋ ਸ਼ੁਕਰੀਆ ਰਾਜਾ ਜੀ ਤੁਸੀਂ ਪ੍ਰੋਗਰਾਮ ਦੇਖ ਰਹੇ ਹੋ ਜੀ ਅਗਲਾ ਹਾਂ ਦੇਖੋ ਅਸੀਂ ਵੀ ਇਹ ਸਮਝਦੇ ਹਾਂ ਕਿ ਜੇ ਭਾਰਤ ਦੇ ਹਾਕਮ ਇਮਾਨਦਾਰਤਾ ਦੂਰ ਦੀ ਗੱਲ ਥੋੜਾ ਬਹੁਤ ਵੀ ਆਪਣੇ ਲੋਕਾਂ ਦੇ ਭਲਾ ਚਾਹੁੰਦੇ ਹੁੰਦੇ ਚਾਹੁੰਦੇ ਹੋਣ ਤਾਂ ਹੁਣ ਤੱਕ ਕਸ਼ਮੀਰ ਦਾ ਇਸ਼ੂ ਜਾਂ ਉਹਨਾਂ ਦਾ ਆਪਣੀਆਂ ਜਿਹੜੀਆਂ ਅਕਲੀਅਤਾਂ ਦੇ ਨਾਲ ਇਸ਼ੂ ਨੇ ਉਨਾ ਨੂੰ ਐਮੀਕੇਬਲੀ ਗੱਲਬਾਤ ਰਹੀ ਰਿਜ਼ੋਲਵ ਕਰ ਦੇ ਪਰ ਜਦੋਂ ਨਾਜ਼ੀਆਂ ਵਰਗੀ ਸੋਚ ਵਾਲੇ ਲੋਕ ਕਾਬਜ਼ ਹੁੰਦੇ ਨੇ ਤੇ ਫਿਰ ਵਰਲਡ ਵਾਰ ਹੁੰਦੇ ਨੇ ਟਕਰਾਹ ਹੁੰਦੇ ਨੇ ਸੋ ਸਾਡਾ ਫੀਅਰ ਇਹ ਹੈ ਆਪਸ਼ਨ ਨਹੀਂ ਹੈ ਪਰ ਜੇ ਕੋਈ ਬਾਂਦਰ ਦੇ ਹੱਥ ਚ ਮਾਚਸ ਦੀ ਡੱਬੀ ਆ ਜਾਏ ਬਾਂਦਰ ਕੀ ਕਰਦਾ ਹੈ ਤਾਂ ਕੀ ਕਰੇਗਾ ਜੀ ਸੋ ਅਸੀਂ ਇਸ ਸਮਝਦੇ ਹਾਂ ਕਿ ਵੀ ਇਸ ਵੇਲੇ ਜਿਹੜੇ ਪੁੱਤਰੇ ਹੋਏ ਨੇ ਜੇ ਉਹਨਾਂ ਦਾ ਫੌਜੀ ਚੀਫ ਸਮਝਦਾ ਹੈ ਜੀ ਪਾਕਿਸਤਾਨ ਦਾ ਨਿਊਕਲੀਅਰ ਪ੍ਰੋਗਰਾਮ ਹੀ ਬਲਫ ਹੈ ਜਿਵੇਂ ਪਹਿਲਾਂ ਟੈਸਟ ਕਰਨ ਤੋਂ ਪਹਿਲਾਂ ਸਮਝਦੇ ਸੀ ਔਰ ਉਹ ਇਸ ਕਿਸਮ ਦਾ ਹੌਸਲਾ ਕਰਦੇ ਨੇ ਪਾਕਿਸਤਾਨ ਕੋਲ ਆਪਣੀ ਸਰਵਾਈਵਲ ਲਈ ਫਿਰ ਕੀ ਚੋਇਸ ਫਿਰ ਆਪਸ਼ਨ ਬਣ ਜਾਏਗਾ ਆਪਸ਼ਨ ਬਣ ਜਾਏਗਾ ਸੋ ਅਸੀਂ ਨਹੀਂ ਚਾਹੁੰਦੇ ਐਵੇਂ ਹੋਏ ਲੇਕਿਨ ਜੋ ਇਹਨਾਂ ਦਾ ਤੌਰ ਤਰੀਕੇ ਨੇ ਉਸ ਪਾਸੇ ਵੱਲ ਚੁਕਾ ਰੱਖ ਦੇ ਜੀ ਸਾਡੇ ਕੋਲ ਅਗਲਾ ਮੈਸੇਜ ਆਇਆ ਕਸ਼ਮੀਰ ਵਿਰਕ ਜੀ ਦਾ ਇਹ ਲਿਖਦੇ ਨੇ ਡਾਕਟਰ ਸਾਹਿਬ ਤੇ ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮੇਸ਼ਾ ਤਰ੍ਹਾਂ ਪੰਜ ਨਾਰੇ ਉਹਨਾਂ ਨੇ ਗੂੰਜਾਏ ਨੇ ਖਾਲਸਾ ਜ਼ਿੰਦਾਬਾਦ 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 ਹਾਂਜੀ ਹਾਂਜੀ ਮਲਿਕ ਤਾਲਿਬ ਮਜੀਦ ਲਿਖਦੇ ਨੇ ਖਾਲਸਾ ਜ਼ਿੰਦਾਬਾਦ ਪੀਸ ਫੋਰ Uh, subcontinent Bërë shupëri e Malkësab Gjësë për nda lëkët e në ndarësab Good job, Khalistan, Zindabad Zindabad, Zindabad Abdur Rafil lëkët e në Lëkët e në, nice, good uh, Nice, Kashmir uh, Sorry, nice, Khalistan, Zindabad Mia, asim lëkët e në, ndarësab So nice ਲਿਖਦੇ ਨੇ ਮੀਆਂ ਅਸਮ ਖਾਲਸਾ ਜਿੰਦਾਬਾਦ ਫੇਰ ਦੁਬਾਰਾ ਲਿਖਦੇ ਨੇ ਖਾਲਸਾ 2020 ਪਵਿੰਦਰ ਸਿੰਘ ਲਿਖਦੇ ਨੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਹਰਵਿੰਦਰ ਸਿੰਘ ਹਰਮਾਇਓ ਲਿਖਦੇ ਨੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਤਜਿੰਦਰ ਸਿੰਘ ਖਾਲਸਾ ਲਿਖਦੇ ਨੇ ਖਾਲਸਾ ਐਂਟੋਨੀ ਛਿੰਦਾ ਥਿੰਸਾ ਲਿਖਦੇ ਨੇ ਥਿੰਸਾ ਲਿਖਦੇ ਨੇ ਖਾਲਸਾ ਜਿੰਦਾਬਾਦ 2020 ਜੀ ਚਰਨਜੀਤ ਸਿੰਘ ਪਰਮ ਸਿੰਘ ਗੁਰਕੀਰਤ ਸਿੰਘ ਹਰਵਿੰਦਰ ਅਜੀਤ ਸਿੰਘ ਹਰਮੋਇਆ ਮੀਆਂ ਆਸਮ ਦੁਬਾਰਾ ਵੀਰ ਗੁਰਦੇਵਾਲ ਸਿੰਘ ਲਿਖਦੇ ਨੇ ਡਾਕਟਰ ਸਾਹਿਬ ਗਵਰਨਮੈਂਟ ਆਫ ਇੰਡੀਆ ਹੈ ਡਿਡ ਬਿਗ ਮਿਸਟੇਕ ਕਿ 30000 ਸਿਕਸ ਐਂਡ ਡਿਮਾਰਸ਼ ਹਰਮੰਦਰ ਸਾਹਿਬ ਸਟਿਲ ਸਿਕਸ ਆਰ ਇਨ ਜੇਲ نو ਜਸਟਿਸ ਵੀਰ ਗੁਰਦੇਵਾਲ ਸਿੰਘ ਜੀ ਤੁਸੀਂ ਤਾਂ ਲਗਾਤਾਰ ਪ੍ਰੋਗਰਾਮ ਨਾਲ ਜੁੜਦੇ ਹੋ ਅਸੀਂ ਸਮਝਦੇ ਹਾਂ ਕਿ ਜਦੋਂ ਇੰਟੈਂਟ ਤਬਾਈ ਦੀ ਹੋਏ ਲੈਸਨ ਦੇਣ ਦੀ ਹੋਏ ਜੀ ਤੇ ਫੇਰ ਇਹ ਸਾਡੇ ਲਈ ਹੈ ਅਸੀਂ ਆਪਣੇ ਮਰਿਆਂ ਨੂੰ ਗਿਣਦੇ ਦੁਸ਼ਮਣ ਤਾਂ ਵੋਟਾਂ ਗਿਣਦੇ ਬਿਲਕੁਲ ਇੰਦਰਾ ਗਾਂਧੀ ਨੇ ਆਪਤਾ ਨਹੀਂ ਉਹਦਾ ਫਲ ਲੈ ਸਕੀ ਰਾਜੀਵ ਗਾਂਧੀ 3/4 ਮੈਜੋਰਟੀ ਦੇ ਨਾਲ ਜਿੱਤੇ ਰਾਜੀਵ ਗਾਂਧੀ ਨੇ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ ਗੁਜਰਾਤ ਨੇ ਨਰਿੰਦਰ ਮੋਦੀ ਨੇ 2002 ਦੇ ਵਿੱਚ ਕੀਤੀ ਔਰ ਉਹਨੇ ਉਹਦੇ ਚੋਂ ਹੁਣ ਪ੍ਰਾਈਮ ਮਿਨਿਸਟਰ ਪਹਿਲਾਂ ਚਾਰ ਵਾਰ ਚੀਫ ਮਿਨਿਸਟਰ ਆ ਹੁਣ ਪ੍ਰਾਈਮ ਮਿਨਿਸਟਰ ਬਣੇ ਜੀ ਸੋ ਇਹ ਸੈਕਸ਼ਨ ਚ ਮੈਂ ਸਮਝਦਾ ਵੀ ਇੱਕ ਸਾਡੇ ਬੜੇ ਪਿਆਰੇ ਮਿੱਤਰ ਸਪਤ ਸਿੰਧੂ ਜਿਹੜੇ ਕਿ ਵੈਲੂਸ਼ਰ ਨੇ ਟੀਵੀ 84 ਦੇ ਲਗਾਤਾਰ ਪ੍ਰੋਗਰਾਮ ਵੀ ਦੇਖਦੇ ਨੇ ਜੀ ਔਰ ਖੁਦ ਇਹਨਾਂ ਨੂੰ ਪੜਨ ਦਾ ਸ਼ੌਕ ਹੈ ਔਰ ਬੜਾ ਐਨਾਲਿਟਿਕਲ ਮਾਈਂਡ ਹੈ ਵਾਂਸ ਇਨ ਅ ਵਾਈਲ ਕਾਲ ਵੀ ਕਰਦੇ ਨੇ ਜੀ ਸੋ ਉਹਨਾਂ ਨੇ ਸਾਨੂੰ ਇਹ ਪਿਛਲੇ ਹਫਤੇ ਰਾਈਟ ਅਪ ਭੇਜਿਆ ਹੈ ਦੋ ਆਰਸੀ ਨੂੰ ਡਿਸਕਸ ਕਰਨਾ ਚਾਹਿਆ ਬਟ ਘੜੀ ਇਜਾਜ਼ਤ ਨਹੀਂ ਦਿੰਦੇ ਰਹੀ ਅੱਜ ਵੀ ਭਾਵੇਂ ਵਕਤ ਤੇਜ਼ੀ ਨਾਲ ਅੱਗੇ ਜਾ ਰਿਹਾ ਪਰ ਮੈਂ ਇਹਨੂੰ ਅੱਜ ਜ਼ਰੂਰ ਪੜ੍ਹਨਾ ਚਾਹੁੰਦਾ ਸੋ ਉਹਦੇ ਚ ਕਿਉਂਕਿ ਜਿੱਥੇ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਬਤੌਰ ਸਿੱਖ ਦੇਖਦੇ ਕਿ ਕੀ ਚੱਲ ਰਿਹਾ ਹੈ ਜਾਂ ਕੀ ਅਸੀਂ ਅਚੀਵ ਕੀਤਾ ਹੈ ਜਿਹੜਾ ਇੱਕ ਉਸ ਗਰਾਊਂਡ ਤੇ ਖਲੋਤਾ ਜਿਹੜਾ ਸਾਡੇ ਨਾਲ ਹਮਦਰਦੀ ਰੱਖਦਾ ਪਰ ਇੰਡੀਪੈਂਡੈਂਟ ਜਿਹੜਾ ਐਨਾਲਿਸਟ ਹੈ ਉਹਨਾਂ ਦੇ ਜਿਹੜਾ ਅਸੀਂ ਨਜ਼ਰੀਆ ਤੋਂ ਦੇਖੀ ਹੈ ਕਿ ਬਈ ਇਹਨਾਂ ਹਫ਼ਤਿਆਂ ਸਾਡੀ ਜਿਹੜੀ ਡਾਇਰੈਕਟ ਹੁਣ ਡਾਇਸਪੋਰਾ ਸਿੱਖਾਂ ਦੇ ਨਾਲ ਇਹਨਾਂ ਦੀ ਜੰਗ ਸ਼ੁਰੂ ਹੋਈ ਹੈ ਇਹਦੇ ਕੀ ਕਨਸੀਕਵੈਂਸਸ ਨੇ ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਆਈ ਏਮ ਰਾਈਟਿੰਗ ਆਫਟਰ ਅ ਵੈਰੀ ਲੌਂਗ ਟਾਈਮ ਆ ਹੈਵ ਬੀਨ ਫਾਲੋਇੰਗ ਦਾ ਰੀਸੈਂਟ ਡਿਵੈਲਪਮੈਂਟਸ ਕਲੋਸਲੀ ਲਾਸਟ 2 ਵੀਕਸ ਹੈਵ ਬੀਨ ਵੈਰੀ ਗੁੱਡ ਫਾਰ ਦਾ ਸਿੱਖ ਕੌਜ਼ ਐਜ਼ ਅ ਹੋਲ ਦਾ ਇਨੀਸ਼ੀਅਲ ਡਿਸੀਜਨ ਬਾਈ 온ਟਾਰੀਓ ਗੁਰਦੁਆਰਸ ਬੈਨਿੰਗ ਐਂਟਰੈਂਸ Of Indian officials propagating, propagating India's official narrative was followed by 96 Gurdwaras in USA adopting the same res resolution. Even the Jathedar of Shri Sahib had to take a balanced line, knowing fully well that Sikhs in general are sympathetic to the cause of Khalistan. This itself is an indication that even inside Punjab, sik connection is taking a step forward in the right direction despite the oppressive regimes of bjp and congress running the show at center and at still state, state level respect ye bahut achhi observation hai ji jadon bahutyanu sadianu bhi hairani hui ki ve jathedar sarkari ne kiven kehte une kehya ji jehda ohna ne koi aan te pabandi nahi lai vaise une condemn nahi kita jehda ke oh chahunde si kyuki ਉਸੀ ਜਥੇਦਾਰ ਤੋਂ ਕਵਾ ਦਿਓ ਜਿਵੇਂ ਬ੍ਰਿਟਿਸ਼ ਸਰਕਾਰ ਕਰਵਾਉਂਦੀ ਰਹੀ ਗਦਰ ਪਾਰਟੀਆਂ ਵਾਲਿਆਂ ਨੂੰ ਸਰਕਾਰ ਜਿਹੜਾ ਕਿਹਾ ਜੀ ਸਿੱਖ ਨਹੀਂ ਹੈਗੇ ਜਾਂ ਜਿਨ੍ਹਾਂ ਨੇ ਵੀ اپੋਜ਼ ਕੀਤਾ ਉਹਨਾਂ ਤੋਂ ਕਵਾ ਦਿਓ ਸੋ ਇਹ ਜਿਹੜੀ ਸਬਸਿੰਧੂ ਜੀ ਦੀ ਆਬਜ਼ਰਵੇਸ਼ਨ ਹੈ ਕਿ ਉੱਥੇ ਬੈਠੇ ਸਿੱਖ ਵੀ ਭਾਵੇਂ ਉਹ ਕਾਂਗਰਸ ਪੰਜਾਬ ਦੇ ਵਿੱਚ ਪਾਵਰ 'ਚ ਹੈ ਦਿੱਲੀ 'ਚ ਮੋਦੀ ਹੈ ਜੀ ਉਹਨਾਂ ਦੇ ਜ਼ੁਲਮੀ ਰਾਜ ਥੱਲੇ ਰਹਿ ਰਹੇ ਨੇ ਪਰ ਉਹ ਆਮ ਸਿੱਖਾਂ ਦੀਆਂ ਫੀਲਿੰਗ ਸਮਝਦੇ ਨੇ ਇਸ ਲਈ ਜਥੇਦਾਰ ਨੇ ਵੀ ਜਿਹੜਾ ਉਸ ਸੈਂਪਥੈਟਿਕ ਬਿਆਨ ਦਿੱਤਾ ਫਿਰ ਲਿਖਦੇ ਨੇ ਕੇਸ ਆਫ ਜਗਜੀ ਜੋਲ ਹੈਜ਼ ਫਰਦਰ ਐਕਸਪੋਜ਼ਡ ਦਾ ਸੋ ਕਾਲਡ ਡੈਮੋਕ੍ਰੈਟਿਕ ਸਿਸਟਮ ਆਫ ਇੰਡੀਆ ਵੇਅਰ ਐਨ ਇੰਡੀਵਿਜੂਅਲ ਹੈਜ਼ ਬੀਨ ਅਰੈਸਟਡ ਫॉर ਜਸਟ ਟ੍ਰਾਂਸਲੇਟਿੰਗ ਆਰਟੀਕਲਸ ਫ্রম ਦਾ ਵੈਬਸਾਈਟ ਦਾ ਸੋ ਕਾਲਡ ਕਨਫੈਸ਼ਨਲ ਵੀਡੀਓ ਇਟਸੈਲਫ ਐਜ਼ ਨਥਿੰਗ ਇਨ ਵਿਚ ਕੈਨ ਪਿੰਪੁਆਇੰਟ ਟੂ ਜਗਜੀ ਜੋਲਸ ਇਨਵੋਲਵਮੈਂਟ ਇਨ ਐਨੀ ਆਫ ਦਾ ਮਰਡਰਸ ਅਨਲਾਈਕ ਕੁਲਪੂਸ਼ਨ ਯਾਦਵਸ ਕਨਫੈਸ਼ਨਸ ਵੇਅਰ ਹੀ ਓਪਨਲੀ ਐਡਮਿਟਸ ਵਰਕਿੰਗ ਅਗੇਂਸਟ ਦਾ ਸੋਵਰਿਟੀ ਆਫ ਹਿਸ ਸਟੇਟ ਬਈ ਸਪੋਰਟਿੰਗ ਮਿਲਿਟੈਂਸ ਇਹ ਵੀ ਬਹੁਤ ਵਧੀਆ ਕੰਪੈਰੀਜ਼ਨ ਇਹਨਾਂ ਨੇ ਕੀ ਉਹਨਾਂ ਨੇ ਕਿਹਾ ਜੀ ਜੰਗੀ ਜੋਲ ਤਾਂ ਇਹ ਸੀ ਵੀ ਜਿਹੜੇ ਜਿਹੜੇ ਪੰਜਾਬੀ ਚ ਆਰਟੀਕਲ ਨੇ ਉਹ ਅੰਗਰੇਜ਼ੀ ਚ ਨੈਵਰ ਫੋਰਗੇਟ 24 ਲਈ ਲਿਖਦਾ ਸੀ ਲਿਖਦਾ ਤੇ ਜੇ ਉਹਦੀ এনਵਾਇਰਨਮੈਂਟ ਹੁੰਦੀ ਵੀ ਤੁਹਾਡਾ ਕਲਪੂਸ਼ਨ ਜਦੋਂ ਉੱਥੇ ਬੈਠਾ ਤੋਤੇ ਵਾਂਗੂ ਬੋਲ ਰਿਹਾ ਕਿ ਅੱਬੀ ਮੈਂ ਕੀ ਕੀ ਕੀਤਾ ਤੇ ਜੰਗੀ ਜੋਲ ਦੀ ਤੁਸੀਂ ਕਨਫੈਸ਼ਨ ਨਾ ਲਈ 2 ਮਹੀਨੇ ਉਹਨੂੰ ਟਾਰਚਰ ਕਰ ਕਰਕੇ ਦਾ ਮਤਲਬ ਉਹਦੀ ਹੈ ਹੀ ਨਹੀਂ ਇਨਵੋਲਵਮੈਂਟ ਕੁਝ ਵੀ ਨਹੀਂ ਜੀ and therefore that indian media has come down hard even against those six who are pro india but have opposed the treatment meted out to jaggy joll for example a well known punjabi singer was made a horrible example by the controversial social media activist assi bhi da zikr kita si ki daljit to saanjh nahi ji jaggy joll de haq ch ha da nara maarya aur <laughs> kiven bjp di jehdi ਹਿੰਦੂਤਵੀ ਲੇਡੀਜ਼ ਨੂੰ ਐਂਕਰਸ ਵੀ ਸਾਧ ਲੈਂਦੇ ਨੇ ਗਾਲਾਂ ਕਢਵਾਉਂਦੀਆਂ ਨੇ ਸਿੱਖਾਂ ਨੂੰ ਕਸ਼ਮੀਰੀਆਂ ਨੂੰ ਮੁਸਲਮਾਨਾਂ ਨੂੰ ਕਿ ਉਹਨੇ ਹਾਲਾਂਕਿ ਉਹ ਪ੍ਰੋ ਇੰਡੀਆ ਦਿਲਜੀਤ ਉਸਾਨ ਲੇਕਨ ਉਹਨੇ ਕਿਹਾ ਜੀ ਇਵਨ ਇਹ ਵੀ ਉਹਨੂੰ ਟੋਲਰੇਟ ਨਹੀਂ ਹੋਇਆ ਔਰ ਕਿਵੇਂ ਇਹਨਾਂ ਨੇ ਦੋਨਾਂ ਦਾ ਨਾਮ ਲੈਣ ਤੋਂ ਗੁਰੇਜ਼ ਕੀਤੇ ਜੀ ਦਿਸ ਡੋਗਰਾ ਐਕਟਿਵਿਸਟ ਪਰ ਇਹਨਾਂ ਨੇ ਮੈਨੂੰ ਦੱਸਿਆ ਕਿ ਵੀ ਇਹ ਇੱਕ ਡੋਗਰੀ ਹੈ ਔਰ ਇਹਦਾ ਪਿਛੋਕੜ ਕੀ ਹੈ ਦਿਸ ਡੋਗਰਾ ਐਕਟਿਵਿਸਟ ਐਂਟਾਈ ਮੁਸਲਮ ਐਂਡ ਐਂਟਾਈ ਕ੍ਰਿਸਚੀਅਨ ਬਾਇਗੋਟਰੀ ਇਜ਼ ਨਾਟ ਇਵਨ ਹਿਡਨ ਹਾਊਏਵਰ some must wonder why this activist often uh, spits venom at Sikhs anyone who has studied Sikh history shall not have any difficulty to ascertain that what else can one expect from a dograf jammu okay bhi ye muslmana isaiyan de khilaf to zeher sutdi hai ji par bahutianu hairani hovegi ke bhi ye sikhan de khilaf bhi kyon inna zeher ugaldi hai to unhon ne gaya bhi jinne bhi dograyan di history padhi hai ke bhi unhon ne sikhan nal ki kita ਕਿਵੇਂ ਗਦਾਰੀ ਕਰਕੇ ਸਿਕਰਾਜ ਜਿਹੜਾ ਅੰਗਰੇਜ਼ਾਂ ਦੀ ਝੋਲੀ ਪਵਾ ਕੇ ਗੁਲਾਬ ਸਿੰਘ ਨੇ ਇਨਾਮ ਦੇ ਤੌਰ ਤੇ ਗਦਾਰੀ ਦਾ ਜੰਮੂ ਕਸ਼ਮੀਰ ਉਹਨਾਂ ਨੂੰ ਕੋਈ ਪਲੇਖਾ ਨਹੀਂ ਵੈਸੇ ਇਹਨਾਂ ਡੋਗਰਿਆਂ ਦੇ ਨਾਲ ਹੀ ਇਹ ਹੁਣ ਅਮਰਿੰਦਰ ਦੇ ਕੁੜਮ ਨੇ ਇਹਨਾਂ ਦੇ ਨਾਲ ਇਹਨੇ ਰਿਸ਼ਤੇਦਾਰੀ ਕੀਤੀ ਹੈ ਤਾਜ਼ਾ ਸੋ ਦਾਜ਼ਾ ਨਹੀਂ ਲਾਣਾ ਕੋਈ ਮੌਕਾ ਨਹੀਂ ਹੈ ਕਿ ਵੀ ਇਹ ਰੋਲ ਇਹਨਾਂ ਦੇ ਸਾਰਿਆਂ ਦਾ ਕੀ ਹੈ ਜੀ ਦ ਸਿੱਖ ਐਕਟੀਵਿਟੀਆਂ ਆਫ ਲਾਸਟ ਫਿਊ ਡੇਸ ਹੈਜ਼ ਕਾਟ ਦ ਅਟੈਂਸ਼ਨ ਆਫ ਨੋਟ ਓਨਲੀ ਇਨ ਪੰਜਾਬ ਬਟ ਆਲਸੋ ਇਨ ਇੰਡੀਆਜ਼ ਨੈਸ਼ਨਲ ਮੀਡੀਆ ਕਿ ਇਹ ਜਿਹੜੀਆਂ ਐਕਟੀਵਿਟੀਜ਼ ਸਿੱਖਾਂ ਦੀਆਂ ਨੇ ਬਾਦਿਆਂ ਇਹ ਸਿਰਫ ਇਹ ਨਹੀਂ ਵੀ ਪੰਜਾਬ ਦੇ মিডিਆ ਚ ਨੇ इवन ਇੰਡੀਆ ਦੇ ਨੈਸ਼ਨਲ মিডিਆ ਚ ਵੀ ਇਹ ਡਿਸਕਸ਼ਨ ਦਾ ਵਾਇਸ ਬਣੀਆਂ ਨੇ ਜੀ ਔਰ ਗਾਲੀਥੇ ਨਹੀਂ ਨਾ ਨਹੀਂ ਕੱਲ ਇੱਕ ਆਰਟੀਕਲ ਸਵਿਸ ਲਿਬਰਲ ਰਾਈਟਰ ਹੈ ਹਿੰਦੂ ਹੈ ਉਹਦਾ ਵੀ ਭੇਜਿਆ ਕਿ ਵੀ ਕਿਵੇਂ ਖਾਲਸਾਣ ਦੀ ਸੁੱਤੀ ਮੂਵਮੈਂਟ ਨੂੰ ਹਿੰਦੂ ਤਵੀਆਂ ਨੇ ਜਗਾਤਾ ਹਾਂ ਮੈਂ ਆਉਣ ਵਾਲੇ ਦਿਨਾਂ 'ਚ ਸ਼ੇਅਰ ਕਰਾਂਗੇ ਜੀ ਥੈਟ ਇਨ ਇਟਸੈਲਫ ਇਜ਼ ਐਨ ਇੰਡੀਕੇਸ਼ਨ ਥੈਟ ਥਿਸ ਮੈਟਰ ਹੈਜ਼

ਜਵੇਂ ਅਸੀਂ ਅੱਜ ਮੰਡੇ ਪਾਈ ਗੁਰਦਾਸ ਜੀ ਦੇ ਕਬਿਤ ਸਵੇਯੇ ਵਿਚਾਰ ਵਿਚਾਰਦੇ ਅੱਜ ਸਵੇਯਾ ਨੰਬਰ 202 ਜੀ ਵਿਚਾਰ ਅਦੀਨ ਹੈ ਔਰ ਪਿਛਲਾ ਥੋਟ ਜਿਹੜਾ ਸੀ ਉਹ ਹੀ ਕੰਟੀਨਿਊ ਹੈ ਕਿ ਪਸ਼ੂ ਔਰ ਬੰਦੇ ਦੇ ਵਿੱਚ ਕੀ ਫਰਕ ਹੈ ਪਸ਼ੂ ਖੜ ਖਾਤ ਖਲ ਸ਼ਬਦ ਸੁਰਤ ਹੀਨ ਮੋਨ ਕੋ ਮਹਾਤਮ ਪੈ ਅੰਮ੍ਰਿਤ ਪ੍ਰਵਾਹ ਜੀ ਕਿ ਜਿਹੜਾ ਪਸ਼ੂ ਹੈ ਉਹ ਹਰਾ ਘਾ ਵੀ ਤੇ ਬੜਵੇਂ ਵੀ ਖਾਲ ਵੀ ਜੀ ਖਾਂਦਾ ਪਰ ਉਹਨੂੰ ਭਾਵੇਂ ਸ਼ਬਦ ਸੁਰਤ ਦਾ ਕੋਈ ਉਸ ਦੇ ਵਿੱਚ ਨਹੀਂ ਹੈ ਕਿ ਵੀ ਉਹਨੂੰ ਕੋਈ ਅਕਲ ਹੈ ਕਿ ਉਸਨੇ ਕੋਈ ਰੱਬ ਨਾਲ ਸੁਰਤ ਜੋੜਨੀ ਹੈ ਪਰ ਉਹ ਚੁੱਪ ਰਹਿੰਦਾ ਹੈ ਉਹ ਖਾ ਕੇ ਚੁੱਪ ਰਹਿੰਦਾ ਹੈ ਤੇ ਦੁੱਧ ਦਿੰਦਾ ਹੈ ਮੂਨ ਕੋ ਮਹਾਤਮ ਪੈ ਅੰਮ੍ਰਿਤ ਪ੍ਰਵਾਹ ਜੀ ਹੁਣ ਇੱਥੇ ਉਹਨਾਂ ਨੇ ਇਵਨ ਇਸ ਗੁਣ ਦੇ ਵੀ ਤਾਰੀਫ ਕੀਤੀ ਕਿ ਵੀ ਜਿਹੜਾ ਸਭ ਕੁਝ ਸਹਿ ਕੇ ਵੀ ਮੋਹ ਨੇ ਉਹ ਵੀ ਜਿਹੜਾ ਕੁਛ ਨਾ ਕੁਛ ਕੰਟਰੀਬਿਊਟ ਕਰ ਰਿਹਾ ਹੈ ਤਾਂ ਕੰਟਰੀਬਿਊਟ ਕੀ ਕਰ ਰਿਹਾ ਹੈ ਪਸ਼ੂ ਦੁੱਧ ਜੀ ਜੋ ਅੰਮ੍ਰਿਤ ਵਰਗਾ ਦੁੱਧ ਦੇ ਰਿਹਾ ਹੈ ਔਰ ਇਹਦਾ ਹੁਣ ਕੰਪੈਰੀਜ਼ਨ ਹੈ ਬੰਦੇ ਦੀ ਜ਼ਾਤ ਨਾਲ ਨਾਨਾ ਮਿਸਤਾਨ ਖਾਨ ਪਾਨ ਮਾਨਸ ਮੁਖ ਰਸਨਾ ਰਸੀਲੀ ਹੋਏ ਸੋਈ ਭਲੇ ਤਾਹੇ ਜੀ ਉਹਨਾਂ ਨੇ ਕਿਹਾ ਵੀ ਬੰਦਾ ਹੈ ਜਿਹੜਾ ਕਿ ਮਿਸਤਾਨ ਅਡੜ ਤਰ੍ਹਾਂ ਦੇ ਭੋਜਨ ਮਿਠਾਸ ਦੇਣ ਵਾਲੇ ਉਹ ਆਪਣੇ ਮੂੰਹ ਰਾਈ ਖਾਂਦਾ ਪਰ ਉਸ ਨਾਲ ਉਹਦੀ ਜ਼ਬਾਨ ਮਿੱਠੀ ਨਹੀਂ ਹੋ ਜਾਂਦੀ ਉਹਦੀ ਜ਼ਬਾਨ ਦੇ ਵਿੱਚ ਮਠਾਸ ਰਸ ਉਹਦੀ ਸ਼ਖਸੀਅਤ ਤਾਂ ਹੀ ਆਏਗਾ ਰਸਨਾ ਰਸੀਲੀ ਹੋਏ ਸੋਈ ਭਲੀ ਤਾਂ ਹੈ ਜੀ ਕਿ ਜੇ ਉਹ ਰੱਬ ਦੇ ਗੁਣਾਂ ਨੂੰ ਗਾਇਨ ਕਰਦਾ ਹੈ ਰੱਬ ਦੇ ਨਾਲ ਜੁੜਦਾ ਹੈ ਫਿਰ ਉਹਦੀ ਰਸਨਾ ਦੇ ਵਿੱਚ ਉਹਦੀ ਆਵਾਜ਼ ਦੇ ਵਿੱਚ ਕشش ਹੋਏਗੀ ਉਹਦੇ ਵਿੱਚ ਮਠਾਸ ਹੋਏਗੀ ਬਚਨ ਵਿਵੇਕ ਟੇਕ ਮਾਨਸ ਜਨਮ ਫਲ ਬਚਨ ਬਿਹੂਨ ਪਸ ਪਰਮਤ ਆਹੇ ਜੀ ਕਿ ਜੇ ਤਾਂ ਰੱਬ ਦੇ ਬਚਨਾ ਦੇ ਉੱਤੇ ਗੁਰੂ ਦੇ ਬਚਨਾ ਮੁਤਾਬਕ ਰੱਬ ਦੇ ਉੱਤੇ ਟੇਕ ਹੈ ਆਸਰਾ ਹੈ ਜੇ ਤਾਂ ਮਨੁੱਖ ਰੱਬ ਦਾ ਆਸਰਾ ਤੱਕਦਾ ਫੇਰ ਤਾਂ ਮਾਨਸ ਜਨਮ ਦਾ ਫਲ ਹੈ ਕਿ ਵੀ ਵਰਤ ਹੈ ਬੀਇੰਗ ਹਿਊਮਨ ਬਚਨ ਬਿਹੂਨ ਪਸ ਪਰਮਤ ਆਹੇ ਜੀ ਤੇ ਜੇ ਰੱਬ ਦੇ ਰਸਤੇ ਨਹੀਂ ਤੁਰਿਆ ਗੁਰੂ ਦੀਆਂ ਟੀਚਿੰਗਸ ਤੋਂ ਬਿਰਵੇ ਤੇ ਫੇਰ ਵਰਸਟ ਕਾਈਂਡ ਆਫ ਐਨੀਮਲ ਹੈ ਪਰਮਤਾ ਹੈ ਜੀ ਉਸ ਤੋਂ ਵੀ ਮਾੜਾ ਤੇ ਅਖੀਰ ਪਾਜੀ ਸਾਹਿਬ ਨੇ ਕਿਹਾ ਮਾਨਸ ਜਨਮ ਗਤ ਬਚਨ ਬਿਵੇਕਹੀਨ ਕਿ ਜਿਹੜਾ ਮਨੁੱਖ ਸਿਰਫ ਦੁਨਿਆਵੀ ਐਸ਼ ਪ੍ਰਸਤੀ ਦੇ ਪਿੱਛੇ ਦੁਨਿਆਵੀ ਸੁੱਖਾਂ ਦੇ ਪਿੱਛੇ ਦੌੜਦਾ ਜੀ ਬਖਤਰ ਬਖਮ ਚਕਤ ਚਿਤ ਚਾਹੇ ਜੀ ਕਿ ਉਹਦੀ ਜਿਹੜੀ ਜ਼ਿੰਦਗੀ ਹੈ ਉਹ ਖਤਰਨਾਕ ਤੋਂ ਖਤਰਨਾਕ ਸੱਪ ਵਾਂਗ ਹੈ ਜਿਹੜਾ ਕਿ ਜ਼ਹਿਰ ਦੇ ਨਾਲ ਭਰਿਆ ਹੋਇਆ ਹੈ ਉਹ ਜਿਹੜਾ ਮਨੁੱਖ ਜਿਹੜਾ ਸਿਰਫ ਦੁਨਿਆਵੀ ਐਸ਼ੋ ਇਸ਼ਤਤ ਲਈ ਜਿਉਂਦਾ ਹੈ ਉਸ ਦੀ ਜ਼ਿੰਦਗੀ ਇੱਕ ਜ਼ਹਿਰਦਾਰੀ ਸੱਪ ਵਾਂਗ ਹੈ ਤੇ ਇਸ ਦੇ ਉਲਟ ਜਿਹੜਾ ਪਸ਼ੂ ਚੁੱਪਚਾਪ ਸਿਰਫ ਖੱਲ ਔਰ ਕਾਹ ਖਾ ਕੇ ਜਿਹੜਾ ਖੱਲ ਵੜੇਵੇਂ ਖਾ ਕੇ ਕਾਹ ਖਾ ਕੇ ਅੰਮ੍ਰਿਤ ਵਰਗਾ ਦੁੱਧ ਦਿੰਦਾ ਹੈ ਉਹ ਇਹੋ ਜੇ ਮਨੁੱਖ ਨਾਲੋਂ ਕਿਤੇ ਜ਼ਿਆਦਾ ਚੰਗਾ ਚੰਗਾ ਜੀ ਰਸਾ ਜੀ ਅੱਜ ਦਾ ਵਿਚਾਰ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸ ਤਰ੍ਹਾਂ ਵੀ ਆਪਣੇ ਵੀਰਸ ਕੋਲ ਲੈਣੇ ਇਜਾਜ਼ਤ ਵੀਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਪੁੱਲਣਾ ਸਾਡੇ ਇਸ ਪਤੇ ਤੇ sosatv.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫੇਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ ਟੀਵੀ ਰਿਫੋ ਬਲਾਦੇ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ